ਹਾਂਜੀ ਸਾਥੀ ਰਿਆ ਕਾਲਜੀ ਚੈਨਲ ਟੂਡੇ ਨਿਊਜ਼ ਦੇ ਰਿਹਾ ਸਾਰੇ ਸੋਤਨ ਜੀ ਆਨੂ ਜੀ ਲੈ ਕੇ ਹਾਜ਼ਰ ਹੋਈ ਜੀ ਪੰਜਾਬ ਸੂਬੇ ਦੀਆਂ ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਐਸਲੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖੀ ਤੱਕ ਜਰੂਰ ਸੁਣਾ ਤਾਂ ਇਹ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਮਿਸ ਨਾ ਹੋ ਸਕੇ ਤੇ ਨਾਲ ਹੀ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸੋਤੇ ਵੀਰਾਂ ਨੂੰ ਰਿਕਵੈਸਟ ਆ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਨਾਲ ਹੀ ਇਹ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਦਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਸੋ ਜੇ ਹੁਣ ਪਹਿਲੀ ਵੱਡੀ ਖਬਰ ਆ ਰਹੀ ਆ 3 ਜੂਨ ਤੱਕ ਕਰ ਲਵੋ ਇਹ ਕੰਮ ਟੈਕਸ ਐਫ ਡੀ ਪੈਣਾ ਪੀਐਫ ਸਮੇਤੇ ਜ਼ਰੂਰੀ ਚੀਜ਼ਾਂ ਨੀਦਾ ਪੜਨਾ ਪਵੇਗਾ ਭਾਰੀ ਜੁਰਮਾਨਾ ਕਰੋਨਾ ਵਾਸਤੇ ਕਾਰਨ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਰੁਕੀਆਂ ਹੋਈਆਂ ਹਨ 70 ਦਿਨਾਂ ਦੀ ਤਾਲਾਬੰਦੀ ਹੁਣ ਕਰਨ ਪੂਰੀ ਆਰਥਿਕਤਾ ਟਹਿ ਗਈ ਹੈ ਜਸਤ ਦੇ ਮੱਦੇ ਨਜ਼ਰ ਸਰਕਾਰ ਨੇ 31 ਮਾਰਚ ਤੋਂ 3 ਜੂਨ ਤੱਕ ਕਈ ਚੀਜ਼ਾਂ ਦੀ ਅੰਤਮ ਤਾਰੀਖ ਵਿਵਦਾ ਦਿੱਤੀ ਰੀਤੀ ਜਸ ਕਰਨ ਆਮ ਲੋਕਾਂ ਨੂੰ ਘਰੋਂ ਬਾਹਰ ਨਹੀਂ ਜਾਣਾ ਪਵੇ ਤੁਹਾਨੂੰ ਦੱਸ ਦਈਏ ਕਿ ਤੀਜੋਂ ਨੂੰ ਕਿਹੜੀਆਂ ਵਿੱਤੀ ਚੀਜ਼ਾਂ ਰੱਖੀਆਂ ਗਈਆਂ ਹਨ ਜਸ ਕਰਨ ਤੁਹਾਨੂੰ ਆਪਣਾ ਕੰਮ ਇਸ ਅੰਤਮ ਤਾਰੀਖ ਤੱਕ ਨਿਪਟਾਉਣਾ ਪਵੇਗਾ ਫਾਰਮ ਨੂੰ 15 ਜੀ ਹੈ ਤੇ ਫਾਰਮ 15 ਚ ਜਮਾ ਕਰਕੇ ਇਸ ਚਿੰਤ ਕੀਤਾ ਜਾ ਸਕਦਾ ਹੈ ਕਿ ਤੁਹਾਡੇ ਬੈਂਕ ਖਾਤੇ ਵਿੱਚ ਜਮਾ ਹੋਣ ਦੇ ਵਿਆਜ ਆਮਦਨੀ ਟੈਕਸ ਤੇ ਦੀਨ ਨਹੀਂ ਆਵੇ ਕਿ ਜਸਲੀ ਇਸ ਤੇ ਟੀ ਡੀ ਐਸ ਨਹੀਂ ਕਟਣੀ ਚਾਹੀਦੀ ਤੇ ਉਸ ਤੋਂ ਮਗਰ ਜੋ ਅਗਲੀ ਵੱਡੀ ਖਬਰ ਆ ਰਹੀ ਆ ਪੀਐਮ ਕਿਸਾਨ ਸਰਕਾਰ ਨੇ ਅਗਲੀ ਕਿਸ਼ਤ ਤੋਂ ਪਹਿਲਾਂ ਕਿਸਾਨਾਂ ਨੂੰ ਭੇਜਿਆ ਇਹ ਸੰਦੇਸ਼ ਬੜਾ ਫਾਇਦੇਮੰਦ ਖਬਰ ਆ ਰਹੀ ਹੈ ਜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਕੇਂਦਰ ਸਰਕਾਰ ਦੇ ਇਹ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਆਰਥਿਕ ਮਦਦ ਕਿ ਮੁਹੱਈਆ ਕਰਵਾਉਂਦੀ ਹੈ ਸਰਕਾਰ ਐਸਾ ਯੋਜਨਾ ਤਹਿਤ ਹਰ ਸਾਲ ਤਿੰਨ ਬਰਾਬਰ ਕਿਸ਼ਤਾਂ ਦੇ ਕਿਸਾਨਾਂ ਨੂੰ ਇਹ ਰਕਮ ਪ੍ਰਤੱਖ ਲਾਬ ਟ੍ਰਾਂਸਫਰ ਜਰੀਏ ਭੇਜਦੀ ਹੈ ਇਸ ਤਰ੍ਹਾਂ ਇਹ ਰਕਮ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਚ ਜਾਂਦੀ ਹੈ ਕਰੋਨਾ ਵਾਸਤੇ ਮਹਾਂਮਾਰੀ ਦੇ ਸੰਕਟ ਦੀ ਘੜੀ ਚ ਕਿਸਾਨਾਂ ਨੂੰ ਸਿੱਧੀ ਮਦਦ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਸਜੋਈਨਾ ਦੇ ਲਾਪਤਰਨ ਅਪ੍ਰੈਲ ਦੇ ਚ ਚਾਲੂ ਵਿੱਤੀ ਵਰੇ ਦੀ ਪਹਿਲੀ ਕਿਸ਼ਤ ਭੇਜ ਦਿੱਤੀ ਹੈ ਤਾਂ ਉਸ ਤੋਂ ਮਗਰੋਂ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਸਰਕਾਰਿਆ ਕਗਸਤ ਤੋਂ 2000 ਰੁਪਏ ਦੀ ਅਗਲੀ ਕਿਸ਼ਤ ਲਾਪਤਰਨ ਦੇ ਖਾਤੇ ਵਿੱਚ ਭੇਜਣ ਵਾਲੀ ਹੈ ਤਾਂ ਉਸ ਦੇ ਨਾਲ ਹੀ ਪ੍ਰਾਈਵੇਟ ਸਕੂਲਰ ਫੀਸਾਂ ਦੇ ਪੰਜਾਬ ਸਰਕਾਰ ਲਏਗੀ ਨਵਾਂ ਪ੍ਰਸਤਾਵ ਮਾਪਿਆਂ ਨੂੰ ਮਿਲੇਗਾ ਲਾਭ ਲੌਕਡਾਊਨ ਦੌਰਾਨ ਵਿਦਿਆਰਥੀਆਂ ਤੇ ਫੀਸ ਲੈਣ ਦੇ ਮਸਲੇ ਤੇ ਪੰਜਾਬ ਸਰਕਾਰ ਨਵਾਂ ਪ੍ਰਸਤਾਵ ਲੈ ਕੇ ਆ ਰਹੀ ਐ ਇਸ ਮਾਮਲੇ ਤੇ ਜਸਟਿਸ ਨਰਮਨ ਮਲਜੀਤ ਕੌਰ ਦੀ ਅਦਾਲਤ ਚ ਸੁਣੀ ਹੋਈ ਕਾਰਵਾਈ ਚ ਪੰਜਾਬ ਦੇ ਐਡਵੋਕੇਟ ਜਨਰਲ ਅਤਲਨ ਅੰਦਾ ਨੇ ਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਚ ਫੀਸ ਵਸੂਲੀ ਦੇ ਮੱਦੇ ਤੇ ਨਵਾਂ ਪ੍ਰਸਤਾਵ ਤਿਆਰ ਕਰ ਰਹੀ ਐ ਇਸ ਪ੍ਰਸਤਾਵ ਚ ਸਕੂਲਾਂ ਤੇ ਵਿਦਿਆਰਥੀ ਦੋਵਾਂ ਨੂੰ ਧਿਆਨ ਚ ਰੱਖ ਕੇ ਕੀਤਾ ਗਿਆ ਤੇ ਸ਼ੁਕਰਵਾਦ ਸਰਕਾਰ ਐ ਇਸ ਨੂੰ ਅਦਾਲਤ ਜੇ ਪੇਸ਼ ਕਰੇਗੀ ਤੇ ਪੰਜਾਬ ਦੇ ਨਿੱਜੀ ਸਕੂਲਾਂ ਤੇ ਵਿਦਿਆਰਥੀ ਵਿਚਾਲੇ ਫੀਸ ਦਾ ਵੱਡਾ ਮੁੱਦਾ ਗਰਮਾਇਆ ਹੋਇਆ ਹੈ ਤੇ ਇਸ ਮਾਮਲੇ ਤੇ ਅਦਾਲਤ ਨੇ ਸੋਨਵਈ ਸ਼ੁੱਕਰਵਾਰ ਨੂੰ ਟੱਕ ਟਾਲ ਦਿੱਤੀ ਹੈ ਤਾਂ ਉਸ ਦੇ ਨਾਲ ਹੀ ਜੋ ਅਗਲੀ ਵੱਡੀ ਖਬਰ ਆ ਰਹੀ ਹੈ WHO ਦੀ ਚੇਤਾਵਨੀ ਦੋ ਹਫ਼ਤਿਆਂ ਦਾ ਕਰੋਜ ਆਉਣਗੇ ਕਰੋਨਾ ਦੇ 1 ਲੱਖ ਤੋਂ ਵੱਧ ਕੇਸ ਅਜ ਇਸੇ ਤਰ੍ਹਾਂ ਹੀ ਚੱਲੇਗਾ ਸਭੀ ਸੰਸ਼ੇਧ ਸੰਗਠਨ WHO ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਕਰੋਨਾ ਦੀ ਲਾਗ ਏਸ਼ੀਆ ਦੱਖਣੀ ਅਮਰੀਕਾ ਤੇ ਮੱਧ ਪ੍ਰਦੇਸ਼ ਦੇ ਦੇਸ਼ਾਂ ਵਿੱਚ ਜੇ ਲਗਾਤਾਰ ਤਬਾਹੀ ਮਚਾਉਂਦੀ ਰਹੇਗੀ WHO ਦੀ ਚੇਤਾਵਨੀ ਕਹਿੰਦੀ ਹੈ ਕਿ ਪਿਛਲੇ ਦੋ ਹਫ਼ਤਿਆਂ ਤੋਂ ਰੋਜ਼ਾਨਾ ਇੱਕ ਤੋਂ ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ ਤੇ ਇਹ 15 ਦਿਨਾਂ ਤੱਕ ਜਾਰੀ ਰਹਿ ਸਕਦਾ ਹੈ ਤੇ WHO ਨੇ ਚੇਨ ਲਈ ਅਲਰਟ ਜਾਰੀ ਕਰਦੇ ਕਹੇ ਕਿ ਬੀਜਿੰਗ ਵਿੱਚ ਮਿਲੇ ਨਵੇਂ ਕੇਸ ਗੰਭੀਰ ਹਨ ਤੇ ਜਲਦੀ ਉਹਨਾਂ ਨੂੰ ਨਜਿੱਠਣਾ ਹੋਵੇਗਾ ਤਾਂ ਉਸ ਤੋਂ ਮਗਰੋਂ 12-47 ਤੋਂ ਪਰ ਚਾਰ ਰਾਜਾਂ 'ਚ ਗਰਮੀ ਰਹੇਗੀ ਜਾਰੀ ਇਨ੍ਹਾਂ ਰਾਜਾਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਉੱਤਰ ਭਾਰਤ ਗਰਮੀ ਨਾਲ ਜੂਝ ਰਿਹਾ ਤੇ ਮੰਗਲਵਾਰ ਨੂੰ ਉੱਤਰ ਪਾਤਰਾ ਚ ਗਰਮੀ ਦੀ ਲਹਿਰ ਆਈ ਹੈ ਤੇ ਰਾਜਸਥਾਨ ਵਿੱਚ ਵੱਧ ਤੋਂ ਵੱਧ ਤਾਪਮਨ 47.4 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਸਦੈ ਨਾਲ ਹੀ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਨ 42 ਡਿਗਰੀ ਸੈਲਸੀਅਸ ਤੋਂ ਪਰੇ ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ਵਿੱਚ ਤੇਜ਼ ਗਰਮੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਗਰਮੀ ਦਾ ਪ੍ਰਕੋਪ ਵੱਧ ਵਾਰ ਨੂੰ ਵੀ ਜਾਰੀ ਰਹਿ ਸਕਦਾ ਹੈ ਸਦੈ ਨਾਲ ਹੀ ਮੌਸਮ ਵਿਭਾਗ ਵਿੱਚ ਗਰਮੀ ਦਾ ਪੱਧਰ ਦਿੱਲੀ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਉੱਚਾ ਰਿਹਾ ਤੇ ਅੰਦਰ ਆ ਪ੍ਰਦੇਸ਼, 오ਡੀਸਾ, ਕਰਨਾਟਕ, ਕੇਰਲਾ, ਕੋਕਕਾ ਤੇ ਗੁਆਹ ਸਾੰਪੂਰਵੀ ਉੱਤਰ ਪ੍ਰਦੇਸ਼, ਅੰਦਰੂਨੀ ਕਰਨਾਟਕ, ਨਾਗਾਲੈਂਡ, ਬਿਆਰ ਦੇ ਕੁਝ ਹਿੱਸਿਆਂ 'ਚ ਹਲਕੇ ਤੋਂ ਖਿੰਡੇ ਹੋਏ ਹਨ। ਤਾਂ ਉਸ ਤੋਂ ਮਗਰੋਂ ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 2000 ਤੋਂ ਵੱਧ ਲੋਕਾਂ ਦੀ ਮੌਤ। ਇਹ ਖਬਰ ਆ ਰਹੀ ਹੈ ਜਿਪ ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 10 1971 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਦੇਸ਼ 'ਚ ਹੁਣ ਕਰੋਨਾ ਵਾਇਰਸ ਦੇ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 354000 ਹੋ ਗਈ ਹੈ ਤੇ ਜਿਸ ਵਿੱਚ 155000 ਸਰਗਰਮ ਕੇਸ ਹਨ ਤੇ 188000 ਲੋਕਾਂ ਨੂੰ ਸਿਹਤਯਾਬ ਹੁਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਦੱਸ ਦਈਏ ਕਿ ਕਰੋਨਾ ਕਾਰਨ ਹੁਣ ਤੱਕ 11930 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਉਸ ਦੇ ਨਾਲ ਹੀ ਭਾਰਤ-ਚੀਨ ਵਿਚਾਲੇ ਤਣਾਅ ਤੇ ਅਮਰੀਕਾ ਦਾ ਐਲਾਨ ਉਰਵਿਲੇ ਦਾਖਤਪਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਏ ਖੁੰਨੀ ਟਕਰਾਅ ਦੇ ਵਿਚਕਾਰ ਸੰਯੁਕਤ ਰਾਜ ਅਮਰੀਕਾ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੀ ਸਥਿਤੀ ਤੇ ਪੂਰੀ ਨਿਗਰਾਨੀ ਰੱਖ ਰਿਹਾ ਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਆਪਣੇ ਮਤਭੇਦ ਸ਼ਾਂਤੀਪੂਰਨ ਸੁਲਝਾਉਣਗੇ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤੀ ਤੇ ਚੀਨੀ ਫੌਜਾਂ ਦੇ ਦਰਮਿਆਨ ਸਥਿਤੀ ਦੇ ਨੇੜੇ ਨਜ਼ਰ ਰੱਖ ਰਹੇ ਹਾਂ ਤੇ ਅਧਿਕਾਰੀ ਨੇ ਕਿਹਾ ਕਿ ਭਾਰਤੀ ਫੌਜ ਦੇ ਐਲਾਨ ਕੀਤਾ ਹੈ ਕਿ ਅਸਤੇ ਦੇ 20 ਜਵਾਨਾਂ ਦੀ ਸਰਹੱਦ ਦੇ ਨਾਲ ਹੋਏ ਖੂਨ ਦੇ ਸੰਘਰਸ਼ ਵਿੱਚ ਮੌਤ ਹੋ ਗਈ ਹੈ ਤੇ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਸੋਗ ਪ੍ਰਗਟ ਕਰਦੇ ਹਾਂ ਤਾਂ ਉਸ ਦੇ ਨਾਲ ਕਰੋਨਾ ਨਾਲ ਪੰਜਾਬ ਤੇ ਚਾਰ ਹੋਰ ਮੌਤਾਂ 24 ਘੰਟਿਆਂ ਦੌਰਾਨ 110 ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ ਤੇ ਥੋੜੀ ਜਿਹੀ ਲਾਪਰਵਾਹੀ ਸਾਰੇ ਮੀਂਹ ਤੇ ਪਾਣੀ ਫੇਰ ਸਕਦੇ ਆ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਾਲਾਬੰਦੀ ਤੋਂ ਬਾਹਰ ਆਉਣ ਮਗਰੋਂ ਹੱਥਚਰ ਵਿੱਚ ਸਦਾ ਦੇ ਸੰਕੇਤ ਦਿੱਸਣ ਲੱਗੇ ਹਨ ਤੇ ਉਹਨਾਂ ਨੇ ਕਿਹਾ ਕਿ ਮਹਾਮਾਰੀ ਵਿਰੋਧ ਲੜਾਈ ਵਿੱਚ ਕੇਂਦਰ ਤੇ ਰਾਜਾਂ ਨੇ ਐਸਾ ਤਰ੍ਹਾਂ ਮਿਲ ਕੇ ਕੰਮ ਕੀਤਾ ਕਿ ਤਾਲਮਿਲ ਵਾਲਾ ਸੰਵਾਦ ਵਿਧੀ ਸਭ ਤੋਂ ਵੱਡੀ ਮਸਾਲੇ ਦਾ ਪ੍ਰਧਾਨ ਮੰਤਰੀ ਨੇ 21 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੇ ਉੱਪਰ ਰਾਜਪਾਲਾਂ ਨਾਲ ਵੀਡੀਓ ਕਾਨਫਰੰਸ ਜਰੀਏ ਮੀਟਿੰਗ ਕੀਤੀ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਟੈਲ ਕੋਰੋਨਾ ਇਸ ਵਿਰੋਧ ਲੜਾਈ ਨੂੰ ਕਮਜ਼ੋਰ ਕਰ ਸਕਦੀ ਹੈ ਉਹਨਾਂ ਲੋਕਾਂ ਨੂੰ ਕਿਹਾ ਕਿ ਲਾਗ ਵਿਰੋਧ ਲੜਾਈ ਵਿੱਚ ਜਰਾ ਵੀ ਟੱਲਣਾ ਵਰਤਣਾ ਉਹਨਾਂ ਨੇ ਕਿਹਾ ਕਿ ਅਨ ਲੋਕ ਇੱਕ ਨੂੰ 2 ਹਫ਼ਤੇ ਹੋਰ ਰੇਹਾਨਤ ਐਸੇ ਦੌਰਾਨ ਜਿਹੜੇ ਅਨੁਭਵ ਆਏ ਹਨ ਉਹਨਾਂ ਦੀ ਸਮਿੱਥੀਆਂ ਉਹਨਾਂ ਬਾਰੇ ਚਰਚਾ ਕਰਨਾ ਜ਼ਰੂਰੀ ਹੈ ਤੇ ਮੋਦੀ ਨੇ ਕਿਹਾ ਕਿ ਕਿਸੇ ਵੀ ਸੰਕਟ ਨਾਲ ਝਿੰਜਣ ਲਈ ਸਹੀ ਸਮੇਂ ਦੀ अहमियत ਹੋਣੀ ਜ਼ਰੂਰੀ ਹੈ ਤੇ ਉਸ ਤੋਂ ਮਗਰੋਂ ਜੋ ਅਗਲੀ ਵੱਡੀ ਖਬਰ ਆਈ ਵਪਾਰੀ ਨੇ ਪੜਨਾ ਤੋਂ ਹਵਾਈ ਹੱਤ ਲਿਆਂਦੇ ਮਜ਼ਦੂਰ ਬੀਤੇ ਦਿਨਾਂ ਕਿ ਕਰੋਨਾ ਦੇ ਡਰ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਜੱਦੀ ਸੂਬਿਆਂ ਦੇ ਘਰਾਂ ਨੂੰ ਪਰਤ ਗਏ ਤੇ ਜੱਸ ਕਰਨ ਵਪਾਰੀਆਂ ਤੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਨਾਲ ਯੋਜਨਾ ਪੈ ਰਿਆ ਹੁਣ ਮੂਲਨ ਦਾ ਸੀਆਂ ਸ਼ੁਰੂ ਹੋ ਰਿਹਾ ਹੈ ਤੇ ਸ਼ਹਿਰ ਦੇ ਤਾਜਪੁਰ ਰੋਡ ਤੇ ਸਥਿਤ ਸ਼੍ਰੀ ਬਾਲਾ ਜੀ ਪ੍ਰੋਸੀਜਰ ਨੇ ਮੈਨੇਜਰ ਡਾਇਰੈਕਟਰ ਬੋਬੀ ਜੰਦਲ ਨੇ ਦੱਸ ਸਮਜ਼ਦੂਰਾਂ ਨੂੰ ਪੜਨਾ ਤੋਂ ਸਲਾਣੇ ਵਾਲ ਤੱਕ ਹਵਾਈ ਜਹਾਜ਼ ਚ ਲਿਆਂਦਾ ਤੇ ਜਸ ਤੋਂ ਇਲਾਵਾ 90 ਮਜ਼ਦੂਰਾਂ ਨੂੰ ਟ੍ਰੇਨ ਚ 2 ਸੀਟਰ AC 3 ਸੀਟਰ AC ਕੋਚ ਅਤੇ ਵਿੱਚ ਇਸ ਟੈਕਸੀਆਂ ਭੇਜ ਕੇ ਵੀ ਲਿਆਂਦਾ ਗਿਆ ਤੇ ਹੁਣ ਮਜ਼ਦੂਰ ਮਜ਼ਦੂਰਾਂ ਲਈ ਰੇਲ ਗੱਡੀ ਟਿਕਟਾਂ ਵੀ ਬੁੱਕ ਕਰਵਾਈਆਂ ਗਿਆ ਹਨ ਤੇ ਉਹਨਾਂ ਦੀ ਸਾਰੀ ਲੇਬਰ 3 ਜੂਨ ਤੱਕ ਵਾਪਸ ਪਹੁੰਚ ਜਾਵੇਗੀ ਤੇ ਉਸਤੇ ਨਾਲ ਹੀ ਸ਼ਿੱਖਿਆ ਮੰਤਰੀ ਦੀ ਕੋਠੀ ਅਗੇ 19 ਜੋਨ ਪਰ ਦਰਸ਼ਨ ਕਰਨਗੇ ਬੇਰੁਜ਼ਗਾਰ ਅਧਿਆਪਕ ਇੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 71 ਮੁਸਲਮ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਪੰਜ ਮੈਂਬਰੀ ਕਮੇਟੀ ਐਚ ਆਰ ਮੁਫਰਰ ਪ੍ਰਦਾਨਾ ਮੁਲਲ ਮੁਸਲਮ ਫਰੰਟ ਪੰਜਾਬ ਮੁਖਤਿਆਰ ਅਲੀ ਜਨਰਲ ਸਕਤਰ ਜਿੰਮੇਨ ਇਸਲਾਮੀਆਂ ਪੰਜਾਬ ਡਾਕਟਰ ਹਾਜੀ ਫਕੀਰ ਮੁਹੰਮਦ ਪ੍ਰਦਾਨ ਮੁਸਲਮ ਵੈਲਫੇਅਰ ਕਮੇਟੀ ਹਲਕਾ ਨਿਹਾਲ ਸਿੰਘ ਵਾਲਾ ਕਰਮਜੀਏ ਸਿੰਘ ਸਮਰਾਲਾ ਸਰਫਰੋਜ਼ ਅਲੀ ਪੱਟੋ ਅਤੇ ਚੇਅਰਮੈਨ ਮੁ슬ਿਮ ਵੈਲਫੇਅਰ ਕਮੇਟੀ ਮੋਗਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਪੰਜਾਬ ਵਰਕ ਬੋਰਡ ਵੱਲੋਂ ਮੂਲ ਪੰਜਾਬੀ ਮੁਸਲਮਾਨਾਂ ਦੇ ਪੱਠੇ ਜੂਰਾ ਮਾਰਿਆ ਗਿਆ ਤੇ ਮਾਂ ਬੋਲੀ ਪੰਜਾਬੀ ਦੇ ਵਿਹਾਰ ਤੇ ਜੋਪੀ ਨੂੰ ਪਾਰੂ ਕਰ ਦਿੱਤਾ ਗਿਆ। ਵਿਆਗਿਆਂ ਵੱਲੋਂ ਸਖਤ ਸ਼ਬਦਾਂ 'ਚ ਨਖੇਦੀ ਕੀਤੀ ਗਈ। ਮੀਟਿੰਗ 'ਚ ਵੱਖ-ਵੱਖ ਬੁਲਾਵਿਆਂ ਵੱਲੋਂ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਵਰਕ ਬੋਰਡ ਦੇ ਦੂਜੇ ਸੂਬਿਆਂ ਨਾਲ ਸੰਬੰਧਿਤ ਮੈਂਬਰ ਚੇਅਰਮੈਨ ਪੰਜਾਬ ਸਰਕਾਰ ਦੀਆਂ ਸ਼ਰਤਾ ਮੁਤਾਬਿਕ ਪੰਜਾਬ ਦੇ ਕਿਸੇ ਵੀ ادارے ਦੇ ਭਰਤੀ ਲਈ 10ਵੀਂ ਪਾਸੋਂ ਤੇ 12ਵੀਂ ਪੰਜਾਬੀ ਭਾਸ਼ਾ ਦਾ ਪਾਸ ਹੋਣਾ ਜ਼ਰੂਰੀ ਹੈ ਉਦੋਂ ਕਿ ਬੋਰਡ ਵੱਲੋਂ 172 ਦੇ ਕਰੀਬ ਸਾਮੀਆਂ ਲਈ ਪੰਜਾਬੀ ਭਾਸ਼ਾ ਨੂੰ ਅੱਖੋਂ ਪਰਖੋਂ ਕਰਦੇ ਸਾਮੀਆਂ ਪਰ ਲਈ ਪੰਜਾਬੀ ਭਾਸ਼ਾ ਦੀ ਛੋਟ ਲਈ ਮਤਾ ਪਾਸ ਪਾਇਆ ਗਿਆ ਤੇ ਜਿ세 ਪੰਜਾਬ ਦੇ ਮੈਲ ਲੇਰ ਕੋਡ ਨਾਲ ਸਬੰਧਿਤ ਮੈਂਬਰਾਂ ਨੇ ਵਿਰੋਧ ਕੀਤਾ ਤਾਂ ਉਸ ਤੋਂ ਮਗਰੋਂ ਜੋ ਅਗਲੀ ਵੱਡੀ ਖਬਰ ਆ ਰਹੀ ਹੈ 11ਵੇਂ ਦਿਨ ਵੀ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਹੋਇਆ ਵਾਧਾ ਜਾਣੋ ਅੱਜ ਦੇ ਰੇਟ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਯਾਰੀਵਾ ਦਾ ਰੁਕਣਾ ਨਾ ਨਹੀਂ ਲੈ ਰਿਹਾ ਸਰਕਾਰੀ ਤੇਲ ਮਾਰਕੀਟ ਕੰਪਨੀ ਐਚਪੀਸੀਐਲ ਬੀਪੀਸੀਐਲ ਆਈਓਸੀ ਨੇ ਲਗਾਤਾਰ 11ਵੇਂ ਦਿਨ ਪੈਟਰੋਲ ਡੀਜ਼ਲ ਕੀਮਤਾਂ ਵਿੱਚ ਵਾਧਾ ਕੀਤਾ ਹੈ ਰਾਜਧਾਨੀ ਦਿੱਲੀ ਵਿੱਚ ਬੱਦਵਾਰ ਨੂੰ 1 ਲੀਟਰ ਪੈਟਰੋਲ ਦੀ ਕੀਮਤ ਵਧ ਕੇ 70.28 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਤਾਂ ਉੱਥੇ ਡੀਜ਼ਲ ਦੀ ਕੀਮਤ 75.80 ਪੈਸੇ ਪ੍ਰਤੀ ਲੀਟਰ ਤੇ ਪਹੁੰਚ ਗਈ ਹੈ ਤੇ ਜਸਤੋਦਰਨ ਪੈਟਰੋਲ ਦੀ ਕੀਮਤ ਵਿੱਚ 53 ਪੈਸੇ ਅਤੇ ਡੀਜ਼ਲ ਦੀ ਕੀਮਤਾਂ ਵਿੱਚ 60 ਪੈਸੇ ਦਾ ਵਾਧਾ ਹੋਇਆ ਹੈ ਤਾਂ ਉਸ ਦੇ ਨਾਲ ਹੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਗਰਮੀ ਦੇ ਮੌਸਮ ਚ ਅੱਖਾਂ ਦੀ ਨਮੀ ਦਾ ਘਟਣਾ ਨੁਕਸਾਨ ਦੇ ਇੱਕ ਖਬਰ ਆ ਰਹੀ ਜੀ ਤਾਲਾਬੰਦੀ ਕਾਰਨ ਸਕੂਲ ਕਾਲਜ ਬੰਦ ਰਹੇ ਤੇ ਵਿਦਿਆਰਥੀਆਂ ਦੀ ਸਮੁੱਚੀ ਪੜ੍ਹਾਈ ਆਨਲਾਈਨ ਕਰਵਾਉਣ ਦੇ ਸਰਕਾਰੀ ਹੁਕਮਾਂ ਦੀ ਸਮੂਹ ਵਿਦਿਅਕ ਸੰਸਥਾਵਾਂ ਵੱਲੋਂ ਪਾਲਣਾ ਕਰਨ ਕੱਟ ਉਮਰ ਦੇ ਬੱਚਿਆਂ ਦੀ ਅੱਖਾਂ ਲਈ ਖਤਰਾ ਬਣਦਾ ਨਜ਼ਰ ਆ ਰਿਹਾ ਹੈ ਵਾਵੇਂ ਕਿ ਬੱਚਿਆਂ ਨੂੰ ਮਾਪਿਆਂ ਦੀ ਨਿਗਰਾਨੀ ਹੇਠ ਘਰ ਚ ਹੀ ਬੈਠ ਕੇ ਪੜ੍ਹਨ ਦੀ ਹਦਾਇਤਾਂ ਵੀ ਹਨ ਪਰ ਲਗਾਤਾਰ ਲੈਪਟਾਪ ਕੰਪਿਊਟਰ ਟੀਵੀ ਅਤੇ ਮੋਬਾਈਲਾਂ ਦੇ ਧਿਆਨ ਚ ਲਾ ਕੇ ਕਲਾਸਾਂ ਲਾਉਣਾ ਤੇ ਕੰਮ ਨੂੰ ਕਾਪੀ ਪੇਸਟ ਕੀਤਾ ਜਾ ਰਿਹਾ ਹੈ ਐਸਾ ਸਮੇਂ ਦੌਰਾਨ ਬੱਚਿਆਂ ਤੇ ਦੇਬ ਕਰੀ ਅੱਖਾਂ ਦੀ ਨਮੀ ਜਾਂ ਲਗਾਤਾਰ ਕਰਨਾ ਅੱਖਾਂ ਦੀ ਨਜ਼ਰ ਨੂੰ ਕਮਜ਼ੋਰ ਕਰ ਸਕਦਾ ਹੈ ਤੇ ਜਸ ਕਰਨ ਸਭਾਵਿਕ ਤੌਰ ਤੇ ਨਿਗਾ ਦੀਆਂ ਐੜਾ ਲੱਗ ਸਕਦੀਆਂ ਤੇ ਇਸ ਲਈ ਮਾਪਿਆਂ ਨੂੰ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਸਿਰਦਰਦ ਅੱਖਾਂ ਦੁੱਖਣਾ ਅੱਖਾਂ 'ਚ ਪਾਣੀ ਦਾ ਲਗਾਤਾਰ ਵਗਣਾ ਜਾਂ ਘਟਨੀ ਦਾ ਵਰਗੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਨਜ਼ਰਅੰਦਾਜ਼ੀ ਬੱਚਿਆਂ ਲਈ ਭਵਿੱਖ 'ਚ ਵੱਡਾ ਖਤਰਾ ਬਣ ਕੇ ਉੱਭਰ ਸਕਦੀ ਹੈ ਤਾਂ ਉਸ ਦੇ ਨਾਲ ਹੀ ਇਹ ਸਾਜੀ ਆਪਣੀ ਅੱਜ ਦੀਆਂ ਵੱਡੀਆਂ ਖਬਰਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓਗਾ ਜੇ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਨਾ ਖਬਰਾਂ ਸੰਬੰਧੀ ਆਪਣੇ ਕੀਮਤੀ ਵਿਚਾਰਾਂ ਨੂੰ ਕਮੈਂਟਾਂ ਕਰਕੇ ਜਰੂਰ ਦੱਸਣਾ ਧੰਨਵਾਦ ਜੀ